ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਰਾਮ ਰਹੀਮ ਦੀ ਅੱਜ 21 ਦਿਨਾਂ ਦੀ ਪੈਰੋਲ ਖਤਮ ਹੋ ਚੁੱਕੀ ਹੈ ਅਤੇ ਮੁੜ ਅੱਜ ਉਹ ਜੇਲ੍ਹ ਜਾਣਗੇ ਅਤੇ ਦੱਸ ਦਈਏ ਕਿ ਉੱਥੇ ਸਨਾਰੀਆ ਜੇਲ੍ਹ ਦੇ ਵਿੱਚ ਅੱਜ ਉਹਨਾਂ ਦੀ ਵਾਪਸੀ ਹੈ ਅਤੇ ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਜਿਸ ਤੋਂ ਬਾਅਦ ਰਾਮ ਰਹੀਮ ਦੀ ਅੱਜ ਜੇਲ੍ਹ ਦੇ ਵਿੱਚ ਵਾਪਸੀ ਹੋਣ ਜਾ ਰਹੀ ਹੈ। ਅੱਜ ਉਹਨਾਂ ਨੂੰ ਪੈਰੋਲ ਖਤਮ ਜਿਹੜੀ ਕਿ ਰਾਮ ਰਹੀਮ ਦੀ ਹੋ ਗਈ ਹੈ ਅਤੇ ਪਹਿਲਾਂ ਉਹਨਾਂ ਨੂੰ ਜਿਹੜੀ ਕਿ ਪੈਰੋਲ ਕਾਫੀ ਵਾਰ ਮਿਲ ਚੁੱਕੀ ਹੈ ਅਤੇ ਦੱਸ ਦਈਏ ਕਿ ਉਹਨਾਂ ਨੂੰ ਪਹਿਲੀ ਪੈਰੋਲ ਹੈ ਜਿਹੜੀ ਕਿ 24 ਅਕਤੂਬਰ 2020 ਨੂੰ 1 ਦਿਨ ਦੀ ਪੈਰੋਲ ਮਿਲੀ ਸੀ। ਦੂਜੀ ਵਾਰ ਉਹਨਾਂ ਨੂੰ 21 ਮਈ 2021 ਨੂੰ 1 ਦਿਨ ਦੀ ਪੈਰੋਲ ਮਿਲੀ ਸੀ। ਤੀਜੀ ਜਿਹੜੀ ਕਿ ਪੈਰੋਲ ਆ 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ ਮਿਲੀ। ਚੌਥੀ ਵਾਰ ਉਹਨਾਂ ਨੂੰ ਜੂਨ 2022 ਦੇ ਵਿੱਚ 1 ਮਹੀਨੇ ਦੀ ਪੈਰੋਲ ਮਿਲੀ। ਪੰਜਵੀਂ ਵਾਰ ਅਕਤੂਬਰ 2022 'ਚ 40 ਦਿਨਾਂ ਦੀ ਪੈਰੋਲ। ਛੇਵੀਂ ਵਾਰ 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ। ਸੱਤਵੀਂ ਵਾਰ 20 ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ ਅਤੇ ਅੱਠਵੀਂ ਵਾਰ 15 ਅਕਤੂਬਰ 2023 ਨੂੰ 40 ਦਿਨਾਂ ਦੀ ਪੈਰੋਲ ਮਿਲੀ। ਨੌਵੀਂ ਵਾਰ ਗੱਲ ਕਰੀਏ ਤਾਂ ਨਵੰਬਰ 2023 'ਚ 29 ਦਿਨਾਂ ਦੀ ਪੈਰੋਲ ਮਿਲੀ ਅਤੇ ਦਸਵੀਂ ਵਾਰ 19 ਜਨਵਰੀ 2024 ਨੂੰ 50 ਦਿਨਾਂ ਦੀ ਪੈਰੋਲ ਮਿਲੀ ਅਤੇ ਗਿਆਰਵੀਂ ਵਾਰ 13 ਅਗਸਤ 2024 ਨੂੰ 21 ਦਿਨਾਂ ਦੀ ਪੈਰੋਲ ਮਿਲੀ ਅਤੇ ਅੱਜ ਜਿਹੜੀ ਕਿ ਉਹਨਾਂ ਦੀ ਪੈਰੋਲ ਖਤਮ ਹੋ ਗਈ ਹੈ। 21 ਦਿਨਾਂ ਦੀ ਪੈਰੋਲ ਅੱਜ ਰਾਮ ਰਹੀਮ ਦੀ ਖਤਮ ਹੋ ਗਈ ਹੈ। 13 ਅਗਸਤ 2024 ਨੂੰ ਰਾਮ ਰਹੀਮ ਨੂੰ ਪੈਰੋਲ ਮਿਲੀ ਸੀ ਅਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੇ ਇੱਕ ਵੱਡੀ ਰਾਹਤ ਦਿੱਤੀ ਸੀ ਅਤੇ ਜਿਸ ਤੋਂ ਬਾਅਦ ਅੱਜ ਰਾਮ ਰਹੀਮ ਦੀ ਪੈਰੋਲ ਖਤਮ ਹੋ ਚੁੱਕੀ ਹੈ। ਦੱਸੀਏ ਕਿ ਉੱਥੇ ਹੀ SGPC ਦੇ ਵੱਲੋਂ ਲਗਾਤਾਰ ਚੁਣੌਤੀ ਦਿੱਤੀ ਜਾ ਰਹੀ ਸੀ ਅਤੇ ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਜੇਕਰ ਡੇਰਾ ਮੁਖੀ ਰਾਮ ਰਹੀਮ ਬਾਹਰ ਆ ਸਕਦੇ ਨੇ ਤਾਂ ਬੰਦੀ ਸਿੰਘ ਕਿਉਂ ਨਹੀਂ। ਉੱਥੇ ਹੀ ਹਾਈ ਕੋਰਟ ਨੇ ਪਹਿਲਾਂ ਉਹਨਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਅਤੇ ਉੱਥੇ ਹੀ ਹਰਿਆਣਾ ਸਰਕਾਰ ਤੋਂ ਕਿਹਾ ਸੀ ਕਿ ਬਿਨਾਂ ਇਜਾਜ਼ਤ ਤੋਂ ਰਾਮ ਰਹੀਮ ਨੂੰ ਪੈਰੋਲ ਨਹੀਂ ਮਿਲੀ ਜਾਵੇਗੀ ਅਤੇ ਜਿਸ ਤੋਂ ਬਾਅਦ ਉੱਥੇ ਹੀ ਰਾਮ ਰਹੀਮ ਜਿਹੜਾ ਕਿ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਭੇਜਿਆ ਜਾਵੇ ਬਾਹਰ, ਜਿਹੜਾ ਕਿ ਜੇਲ੍ਹੋਂ ਬਾਹਰ ਮੈਨੂੰ ਕੱਢਿਆ ਜਾਵੇ, 21 ਦਿਨਾਂ ਦੀ ਪੈਰੋਲ ਦਿੱਤੀ ਜਾਵੇ ਅਤੇ ਜਿਸ ਤੋਂ ਬਾਅਦ ਡੇਰਾ ਮੁਖੀ ਨੇ ਜਿਹੜਾ ਕਿ ਰਾਮ ਰਹੀਮ ਨੇ ਫਿਰ ਆਪਣੀ 21 ਦਿਨਾਂ ਦੀ ਪੈਰੋਲ ਅੱਜ ਪੂਰੀ ਕਰ ਲਈ ਅਤੇ ਜਿਸ ਤੋਂ ਬਾਅਦ ਦੂਜੇ ਪਾਸੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਜਿਹੜੇ ਸਾਡੇ ਸਿੰਘ ਨੇ, ਜਿਹੜੇ ਸਾਡੇ ਬੰਦੀ ਸਿੰਘ ਨੇ, ਉਹ ਅਜੇ ਤੱਕ ਜੇਲ੍ਹੋਂ ਬਾਹਰ ਨਹੀਂ ਆਏ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਪਰੰਤੂ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਸਵਾਲ ਹੋਏ। ਰਾਮ ਰਹੀਮ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਜਦ ਰਾਮ ਰਹੀਮ ਵਾਰ ਵਾਰ 10ਵੀਂ ਵਾਰ 11ਵੀਂ ਵਾਰ ਪੈਰੋਲ 'ਤੇ ਆ ਸਕਦਾ ਹੈ ਤਾਂ ਬੰਦੀ ਸਿੰਘ ਕਿਉਂ ਨਹੀਂ। ਜਗਤਾਰ ਸਿੰਘ ਹਵਾਰਾ ਨੂੰ ਬਾਹਰ ਕੱਢੋ, ਬਾਕੀ ਬੰਦੀ ਸਿੰਘਾਂ ਨੂੰ ਬਾਹਰ ਕੱਢੋ, ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਕਿਉਂ ਰੱਦ ਕੀਤੀ ਜਾਂਦੀ ਹੈ, ਰਾਮ ਰਹੀਮ ਨੂੰ ਕਿਉਂ ਬਾਹਰ ਕੱਢਿਆ ਜਾਂਦਾ ਹੈ, ਅਜਿਹੇ ਸਵਾਲ ਜਿਹੜੇ ਕਿ ਲਗਾਤਾਰ ਦੇਖਣ 'ਚ ਮਿਲੇ ਅਤੇ ਜਿਸ ਤੋਂ ਬਾਅਦ ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ। 21 ਦਿਨਾਂ ਦੀ ਪੈਰੋਲ ਡੇਰਾ ਮੁਖੀ ਨੂੰ ਮਿਲੀ ਅਤੇ ਉੱਥੇ ਹੀ ਹਾਈ ਕੋਰਟ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਦਿੱਤੀ। 21 ਦਿਨਾਂ ਦੀ ਪੈਰੋਲ ਅੱਜ ਖਤਮ ਹੋ ਗਈ ਹੈ ਅਤੇ ਉੱਥੇ ਹੀ ਮੁੜ ਵਾਪਸ ਜੇਲ੍ਹ ਜਾਣਗੇ ਅੱਜ ਰਾਮ ਰਹੀਮ ਅਤੇ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ 11ਵੀਂ ਪੈਰੋਲ ਉਹ ਵੀ ਖਤਮ ਹੋ ਗਈ। 21 ਦਿਨਾਂ ਦੀ ਪੈਰੋਲ ਅੱਜ ਖਤਮ ਹੋਣ ਦੇ ਸਾਰ ਹੀ ਜਿਹੜਾ ਕਿ ਰਾਮ ਰਹੀਮ ਮੁੜ ਵਾਪਸ ਜੇਲ੍ਹ ਜਾਣਗੇ।